ਪੰਜਾਬ ਦੇ ਕੋਲ ਪਹਿਲੀ ਗੱਲ ਜੇ ਤਾਂ ਫਾਲਤੂ ਪਾਣੀ ਹੋਵੇ ਫਿਰ ਗੱਲ ਕਰਨੀ ਚਾਹੀਦੀ ਹੈ। ਜਿਹੋ ਜਿਹਾ ਹਰਿਆਣਾ ਉਹ ਤਿਹਾ ਪੰਜਾਬ ਆ, ਪੰਜਾਬ ਦੇ ਲੋਕ ਵੀ ਹਿੰਦੁਸਤਾਨ ਦੇ ਨਾਗਰਿਕ ਨੇ ਔਰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਗੱਲ ਹੋਣੀ ਹੈ, ਬਟ ਜੇ ਪਾਣੀ ਹੈ ਹੀ ਨਹੀਂ ਤਾਂ ਦਿੱਤਾ ਕਿਹਨੂੰ ਜਾ ਸਕਦਾ। ਅੱਜ ਪੰਜਾਬ ਦੇ ਅੰਦਰ ਤਕਰੀਬਨ 14.5 ਲੱਖ ਦੇ ਕਰੀਬ ਟਿਊਬਵੈੱਲ ਜ਼ਮੀਨ 'ਚੋਂ ਪਾਣੀ ਕੱਢ ਰਿਹਾ, ਅਲਾਰਮਿੰਗ ਸਥਿਤੀ ਬਣੀ ਹੋਈ ਆ। ਜਿਹੜੇ ਰਿਸਰਚ ਕਰ ਰਹੇ ਨੇ ਉਹ ਦੱਸ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਪਾਣੀ ਜਿਹੜਾ ਉਹ ਖਤਮ ਹੋਣ ਜਾ ਰਿਹਾ, ਬਹੁਤ ਜਗ੍ਹਾ ਦੇ ਪਾਣੀ ਜਿਹੜਾ 1200-1200 ਫੁੱਟ ਤੋਂ ਥੱਲੇ ਜਾ ਚੁੱਕਾ ਹੈ। ਔਰ ਇਸ ਪੁਜੀਸ਼ਨ ਦੇ ਵਿੱਚ ਜਿਹਾ ਕੋਈ ਫੈਸਲਾ ਲਾਗੂ ਹੁੰਦਾ ਜਿਹੜਾ ਸੁਪਰੀਮ ਕੋਰਟ ਮਾਨਯੋਗ ਕਰਨਾ ਚਾਹੁੰਦੇ ਨੇ, ਉਹਦੇ ਨਾਲ ਪੰਜਾਬ ਬਿਲਕੁਲ ਬੰਜਰ ਉਸ ਤੋਂ ਪਹਿਲਾਂ ਹੀ ਹੋ ਜਾਏਗਾ। ਅੱਜ ਵੀ 22% ਜਿਹੜੀ ਧਰਤੀ ਹੈ ਉਹ ਕਨਾਲ ਦੇ ਨਾਲ ਸਿੱਝਦੀ ਹੈ ਅਤੇ ਬਾਕੀ ਜਿਹੜੀ 78% ਆ ਉਹ ਟਿਊਬਵੈੱਲ ਦੇ ਨਾਲ ਆ। ਅਤੇ ਇਹਦੇ ਸਗੋਂ ਸੁਪਰੀਮ ਕੋਰਟ ਨੂੰ ਆਪ ਇਹਦੇ 'ਤੇ ਸਾਡੇ ਨਾਲ ਖੜ੍ਹਨਾ ਚਾਹੀਦਾ ਪੰਜਾਬ ਦੇ ਨਾਲ ਕਾਨੂੰਨੀ ਤੌਰ 'ਤੇ, ਔਰ ਉਹਨਾਂ ਨੂੰ ਹੱਲ ਕੱਢਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਨੂੰ ਨਹਿਰੀ ਪਾਣੀ ਦੀ ਬਹੁਤ ਵੱਡੀ ਜ਼ਰੂਰਤ ਹੈ। ਜਦੋਂ ਜ਼ਿਆਦਾ ਸੀ ਰਾਜਸਥਾਨ ਨੂੰ ਵੀ ਜਾਂਦਾ ਰਿਹਾ, ਹਰਿਆਣੇ ਨੂੰ ਵੀ ਜਾਂਦਾ ਰਿਹਾ, ਔਰ ਹੋਰ ਇਸ ਤੋਂ ਵੱਧ ਪਾਣੀ ਜਿਹੜਾ ਦੇਣਾ ਅੱਜ ਦੀ ਸਥਿਤੀ 'ਚ ਉਹ ਪੰਜਾਬ ਵਾਸਤੇ ਬੜਾ ਖਤਰਨਾਕ ਹੋਏਗਾ। ਔਰ ਪੰਜਾਬ ਕੋਲ ਖੁਦ ਪਾਣੀ ਹੈ ਨਹੀਂ ਗਾ, ਜਦੋਂ ਪਾਣੀ ਨਾ ਹੋਵੇ ਤਾਂ ਤੁਸੀਂ ਕਿਵੇਂ ਦਿੱਤਾ ਜਾ ਸਕਦਾ ਹੈ, ਜੇ ਪਾਣੀ ਹੋਵੇ ਤਾਂ ਫਿਰ ਹੀ ਆਪਾਂ ਕਿਸੇ ਦੀ ਗੱਲ ਕਰ ਸਕਦੇ ਨਾ। ਸੋ ਇੱਕ ਨਵਾਂ ਪੈਨਲ ਬਣੇ ਜਿਹੜਾ ਇਹਨਾਂ ਦੀ ਗੱਲ ਸੁਣੇ। CM ਸਾਹਿਬ ਵਾਰ ਵਾਰ ਚਿੱਠੀਆਂ ਲਿਖ ਰਹੇ ਨੇ ਸੈਂਟਰ ਨੂੰ ਔਰ ਮੰਗ ਕਰ ਰਹੇ ਨੇ ਕਿ ਸਾਡਾ ਜਿਹੜਾ ਪੰਜਾਬ ਦਾ ਪਾਣੀ ਹੈ, ਸਾਡੇ ਪੰਜਾਬ ਦੇ ਪਾਣੀ ਬਾਰੇ ਸੋਚਿਆ ਜਾਵੇ। ਧਰਤੀ ਹੇਠਲਾ ਪਾਣੀ ਵੀ ਮੁੱਕਣ ਜਾ ਰਿਹਾ ਆ ਔਰ ਉੱਪਰੋਂ ਨਹਿਰਾਂ ਦਾ ਪਾਣੀ ਵੀ ਤੁਸੀਂ ਲੈ ਲਓਗੇ ਤਾਂ ਪੰਜਾਬ ਕਿੱਧਰ ਜਾਏਗਾ। ਸੁਪਰੀਮ ਕੋਰਟ ਦੇ ਇਸ ਜਿਹੜਾ ਉਹਨਾਂ ਨੇ ਗੱਲ ਕਹੀ ਹੈ ਉਸ ਤੋਂ ਬਾਅਦ ਹਰਿਆਣਾ ਦੇ ਮੰਤਰੀ ਬੜੇ ਖੁਸ਼ ਨੇ, ਉਹ ਕਹਿ ਰਹੇ ਕਿ ਜਲਦੀ ਨਿਪਟਾਰਾ ਹੋਏਗਾ। ਦੇਖੋ ਹਰਿਆਣੇ ਦੇ ਮੰਤਰੀਆਂ ਨੂੰ ਖੁਸ਼ ਨਹੀਂ ਹੋਣਾ ਚਾਹੀਦਾ, ਅਸੀਂ ਸਾਰੇ ਇੰਡੀਅਨ ਆ, ਉਹਨਾਂ ਨੂੰ ਇਹ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਕੋਲ ਜੇ ਤਾਂ ਪਾਣੀ ਫਾਲਤੂ ਹੋਵੇ ਪੰਜਾਬ ਕੋਲ ਤਦ ਗੱਲ ਕਰਨ, ਤਾਂ ਹੀ ਤਾਂ ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਕਹਾਂਗੇ ਵੀ ਡਿਵਰਸੀਫਿਕੇਸ਼ਨ ਦੇ ਬਾਰੇ ਸੋਚੋ, ਫਸਲਾਂ ਦਾ ਵਿਭਿੰਨੀਕਰਨ ਕਿੱਦਾਂ ਹੋ ਸਕਦਾ, ਘੱਟ ਪਾਣੀ ਨਾਲ ਫਸਲਾਂ ਕਿਵੇਂ ਹੋ ਸਕਦੀਆਂ ਨੇ। ਇਜ਼ਰਾਈਲ ਵਰਗੇ ਮੁਲਕ ਜਿਨ੍ਹਾਂ ਕੋਲ ਪਾਣੀ ਹੈ ਨਹੀਂ ਗਾ ਉਹ ਵੀ ਅੱਜ ਸਬਜ਼ੀਆਂ ਪੈਦਾ ਕਰ ਕੇ ਲੋਕਾਂ ਨੂੰ ਸਪਲਾਈ ਦੇ ਰਹੇ ਨੇ, ਬਜਾਏ ਇਹਦੇ ਕਿ ਅਸੀਂ ਲੜਾਈ 'ਚ ਪਈਏ ਜਾਂ ਝਗੜੇ 'ਚ ਪਈਏ ਜਾਂ ਕੋਈ ਇਹੋ ਜਿਹੀ ਗੱਲ ਹੋਵੇ। ਇਹਦਾ ਕੇਂਦਰ ਸਰਕਾਰ ਨੂੰ ਇੱਕ ਹੱਲ ਵੱਡਾ ਇਹ ਕਰਨਾ ਚਾਹੀਦਾ ਵੀ ਖਾਸ ਕਰ ਜਿੱਥੇ ਅਲਾਰਮਿੰਗ ਸਥਿਤੀ ਜਿਨ੍ਹਾਂ ਸਟੇਟਾਂ ਦੇ ਵਿੱਚ ਹੈਗੀ ਹੈ, ਜਿੱਦਾਂ ਅੰਮ੍ਰਿਤਸਰ ਪੰਜਾਬ ਹੈ ਸਾਡਾ, ਉਹਨਾਂ ਦੇ ਵਿੱਚ ਸਾਨੂੰ ਸਪੈਸ਼ਲ ਪੈਕੇਜ ਦੇ ਕੇ, ਸਾਡੇ ਕੋਲ ਏਅਰਪੋਰਟ 2 ਹੈਗੇ ਆ ਜਿੱਥੇ ਜਿਹੜਾ ਫੂਡ ਪ੍ਰੋਸੈਸਿੰਗ ਆ ਉਹਦੇ ਵੱਡੇ ਯੂਨਿਟ ਜਿਹੜੇ ਆ ਉਹ ਕਾਇਮ ਕਰਨੇ ਚਾਹੀਦੇ ਆ, ਸਬਜ਼ੀਆਂ ਉਗਾਉਣ ਦਾ ਸਾਡੇ ਜਿਹੜੀ ਆਉਣ ਵਾਲੀ ਜਿਹੜੀ ਯੁਵਾ ਪੀੜ੍ਹੀ ਆ, ਨੌਜਵਾਨ ਪੀੜ੍ਹੀ ਆ, ਉਹਨਾਂ ਨੂੰ ਟ੍ਰੇਨ ਕਰਨਾ ਚਾਹੀਦਾ ਹੈ ਨਵੀਂ ਟੈਕਨੀਕ ਦਾ। ਲੇਟੈਸਟ ਜਿਹੜੀ ਅੱਜ ਮੈਂ ਸਮਝੂਗਾ ਜਿਹੜੀ ਇਜ਼ਰਾਈਲ 'ਚ ਅੱਜ ਚੱਲ ਰਹੀ ਹੈ ਜਾਂ ਡਿਵੈਲਪ ਕੰਟਰੀਆਂ ਦੇ ਵਿੱਚ, ਉਹਨੂੰ ਲੈ ਕੇ ਇੱਥੇ ਪੰਜਾਬ 'ਚ ਆਉਣਾ ਚਾਹੀਦਾ। ਇਹ ਪਾਣੀ ਦਾ ਵੱਡਾ ਮੁੱਦਾ ਹੈ, ਪਾਣੀ ਦੇ ਮੁੱਦੇ ਦੇ ਉੱਤੇ ਇਹ ਜਿਹੜੀ ਬਹਿਸ ਹੈ ਚਾਹੇ ਜਿੰਨਾ ਚਿਰ ਮਰਜ਼ੀ ਕਰੋ, ਪਰ ਜਿਹੜਾ ਹੱਲ ਆ ਉਹ ਤਦ ਹੀ ਹੋ ਸਕਣਾ ਜੇ ਗਰਾਊਂਡ ਰਿਐਲਿਟੀ ਨੂੰ ਤੁਸੀਂ ਜਾਣੋਗੇ। ਤੁਹਾਨੂੰ ਲੱਗਦਾ ਹੈ ਜਿਵੇਂ ਸੁਪਰੀਮ ਕੋਰਟ ਨੇ ਕਿਹਾ ਕਿ ਤਿੰਨੇ ਸਰਕਾਰਾਂ ਬੈਠ ਕੇ ਨਿਪਟਾਰਾ ਕਰਨ, ਬੈਠ ਕੇ ਨਿਪਟਾਰਾ ਹੋ ਸਕਦਾ ਹੈ, ਬੈਠ ਕੇ ਪੰਜਾਬ ਮੰਨ ਜਾਏਗਾ ਪਾਣੀ ਦੇਣ ਵਾਸਤੇ? ਨਹੀਂ, ਦੇਖੋ ਪੰਜਾਬ ਕੋਲ ਪਾਣੀ ਹੈ ਨਹੀਂ, ਪੰਜਾਬ ਕੋਲ ਜੇ ਪਾਣੀ ਹੋਵੇ ਤਾਂ ਪੰਜਾਬ ਮੰਨੇਗਾ ਤਾਂ ਦੀ ਨਾ, ਪੰਜਾਬ ਕੋਲ ਤਾਂ ਪਾਣੀ ਐਕਸਟਰਾ ਦੇਣ ਜੋਗਾ ਹੈ ਹੀ ਨਹੀਂ। ਅਸੀਂ ਰਿਕੁਐਸਟ ਕਰਾਂਗੇ ਸੁਪਰੀਮ ਕੋਰਟ ਨੂੰ ਵੀ ਔਰ ਕੇਂਦਰ ਸਰਕਾਰ ਨੂੰ ਵੀ ਕਿ ਸਾਡੇ ਹਾਲਾਤ ਨੂੰ ਦੇਖਦੇ ਹੋਏ ਜਿਹੜੀ ਗੱਲ ਆ ਅਗਲਾ ਫੈਸਲਾ ਉਸ ਤਰੀਕੇ ਨਾਲ ਲਿਆ ਜਾਏ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।